ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਪਿੰਦਰ ਕੌਰ ਸੰਧੂ ਕਬੱਡੀ ਸ਼ਹੀਦ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਦੀ ਵਾਈਫ ਮੈਂ ਹੁਣ ਤੋਂ 40 45 ਮਿੰਟ ਪਹਿਲਾਂ ਆਪਣੇ ਐਸਐਸਪੀ ਸਾਹਿਬ ਜਲੰਧਰ ਉਹਨਾਂ ਨੂੰ ਵੌਇਸ ਮੈਸੇਜ ਵੀ ਕੀਤਾ ਸੀ ਤੇ ਫੋਨ ਵੀ ਕੀਤਾ ਸੀਗਾ ਕਿ ਸਰਦਾਰ ਸੁਰਜਨ ਸਿੰਘ ਜੀ ਚੱਠਾ ਆਪਣੇ ਨ ਕੋ ਲੋਕਲ ਟਾਊਨ ਨ ਕੋਤਰ ਵਿੱਚ ਬੈਠੇ ਆ ਜਿੱਥੇ ਕਿ ਸੰਦੀਪ ਦਾ ਕੇਸ ਵੀ ਉੱਥੇ ਹੀ ਚੱਲ ਰਿਹਾ ਆ ਜਿਹੜੇ ਉੱਥੇ ਕਰਤਾਰ ਪੈलेस ਵਿੱਚ ਬੈਠੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਕਿਉਂਕਿ ਜਦੋਂ ਅਸੀਂ ਮੈਂ ਪਹਿਲਾਂ ਫੋਨ ਕਰਕੇ ਕਦੇ ਵੀ ਪੁੱਛਿਆ ਆਪਣੀ ਫੈਮਿਲੀ ਨੂੰ ਤੇ ਉਹ ਕਹਿੰਦੇ ਕਿ ਪੁਲਿਸ ਉਹਨਾਂ ਨੂੰ ਲੱਭਦੀ ਪਈ ਆ ਇਸ ਲਈ ਅੱਜ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਉਹ ਜਲੰਧਰ ਅੱਜ ਹੁਣ 45 ਮਿੰਟ ਪਹਿਲਾਂ ਉਹ ਨਕੋਦਰ ਬੈਠੇ ਕਰਤਾਰ ਪੈलेस ਵਿੱਚ ਬੈਠੇ ਆ ਕਿਤੇ ਤੁਸੀਂ ਸਿਰਫ 3-4 ਮਿੰਟ ਦੀ ਡਰਾਈਵ ਕਰਕੇ ਪੁਲਿਸ ਉੱਥੇ ਪਹੁੰਚ ਸਕਦੀ ਆ ਕਿ ਤੁਸੀਂ ਉੱਥੇ ਚਲੇ ਜਾਓ ਪਰ ਮੈਨੂੰ ਮੁਰੇ ਜਵਾਬ ਮਿਲਿਆ ਆ ਕਿ ਸਾਨੂੰ ਐਵੀਡੈਂਸ ਚਾਹੀਦੇ ਆ ਐਵੀਡੈਂਸ ਦੇਖਣਾ ਪੁਲਿਸ ਦਾ ਕੰਮ ਨਹੀਂ ਹੁੰਦਾ ਐਵੀਡੈਂਸ ਕੋਰਟ ਨੇ ਦੇਖਣੀ ਆ ਤੇ ਜੇ ਐਵੀਡੈਂਸ ਤੁਸੀਂ ਲੱਭੇ ਆਪਾਂ ਤੇ ਤਾਂ ਹੀ ਤਾਂ ਪੁਲਿਸ ਨੇ ਨਾਮਜ਼ਦ ਕੀਤਾ ਸੀ ਜੇ ਤੁਸੀਂ ਉਹਨਾਂ ਨੂੰ ਨਾਮਜ਼ਦ ਕੀਤਾ ਸੀ ਤੇ ਤੁਸੀਂ ਮਤਲਬ ਸਿਰਫ ਇੱਕ ਵਾਹੂਬਾਈ ਖੱਟਣ ਨੂੰ ਨਾਮਜ਼ਦ ਕਰ ਦਿੱਤਾ ਸੀ ਉਹਨਾਂ ਨੂੰ ਕਿ ਵਾਹੂਬਾਈ ਖੱਟ ਲਓ ਨਾਮਜ਼ਦ ਕਰ ਦਿਓ ਤੇ ਦੱਸੇਟ ਕੇਸ ਕਲੀਅਰ ਪਰ ਨਹੀਂ ਤੁਸੀਂ ਆਪਣਾ ਕੰਮ ਕਰੋ ਜਾਓ ਉਹਨਾਂ ਦਾ ਮੇਰੇ ਸਾਬ ਨਾਲ 48 ਕੇਸ ਨੰਬਰ 42 ਰੈਫਰੈਂਸ ਨੰਬਰ 42 ਆ ਜਿਹਦੇ ਵਿੱਚ ਸਰਤਾਰ ਸੁਰਜਨ ਸਿੰਘ ਚੱਠਾ ਜੀ ਦਾ ਨਾਮ ਆਇਆ ਹੋਇਆ ਆ ਇਸ ਲਈ ਤੁਸੀਂ ਆਪਣਾ ਕੰਮ ਕਰ ਲਓ ਕਿ ਜਾ ਕੇ ਉਹਨੂੰ ਅਰੈਸਟ ਕਰ ਲਓ ਬਾਕੀ ਪੁਲਿਸ ਐਵਿਡੈਂਸ ਦੇਖਣਾ ਆ ਨਹੀਂ ਦੇਖਣਾ ਉਹ ਕੋਰਟ ਦਾ ਕੰਮ ਆ ਉਹ ਵੀ ਸੁਰਜਨ ਸਿੰਘ ਚੱਠਾ ਤੇ ਵੀ ਉਹ ਵੀ ਉਹਨਾਂ ਦੇ ਵੀ ਰਾਈਟ ਆ ਕਿ ਉਹ ਆਪਣਾ ਬੇਗੁਨਾਹੀ ਆ ਜਾਂ ਗੁਨਾਹ ਆ ਆਪਣਾ ਸਾਬਤ ਕਰ ਲੈਣ ਜੇ ਉਹ ਪੁਲਿਸ ਦੇ ਐਵਿਡੈਂਸ ਦੇਖ ਕੇ ਆਪਣਾ ਬੇਗਨਾ ਹੁੰਦੇ ਆ ਤੇ ਸਾਨੂੰ ਕੋਈ ਮਾਇਨ ਨਹੀਂ ਹੈਗਾ ਉਸ ਚੀਜ਼ ਨਾਲ ਉਹ ਆਪਣਾ ਕਰ ਲੈਣਾ ਹੈ ਨਾ ਬਟ ਐਟ ਲੀਸ ਚਾਹ ਲੋ ਚੱਕ ਕੇ ਉਹਨੂੰ ਟ్రਾਇਲ ਤੇ ਤਾਂ ਲਵੋ ਜੇ ਟ్రਾਇਲ ਤੇ ਲਵੋਗੇ ਤਾਂ ਤੁਹਾਨੂੰ ਪਤਾ ਲੱਗੂਗੀ ਉਹ ਗੁਨਾਹ ਆ ਕਿ ਬੇਗਨਾ ਹੈ ਐਵੀਡੈਂਸ ਐਵੀਡੈਂਸ ਲੱਭਣਾ ਵੀ ਹੁਣ ਜੇ ਸਾਡੀ ਜੌਬ ਆ ਤੇ ਪੁਲਿਸ ਦੀ ਜੌਬ ਵੀ ਅਸੀਂ ਕਰਨੀ ਆ ਤੇ ਫਿਰ ਪੁਲਿਸ ਨੇ ਕੀ ਕਰਨਾ ਹੈ ਮੈਂ ਸਿਰਫ ਰਿਕਵੈਸਟ ਕਰ ਰਹੀ ਕਿ ਇਸ ਟਾਈਮ ਵੀ ਜੇ ਕੋਈ মিডিਆ ਕੋਈ ਵੀ ਚੈਨਲ ਨਿਊਜ਼ ਵਾਲਾ ਵੀ ਕੋਈ ਵੀ ਫ੍ਰੀ ਬੈਠਾ ਆ ਪਲੀਜ਼ ਕਰਤਾਰ ਪੈਲੇਸ ਵਿੱਚ ਜਾ ਕੇ ਹੁਣ ਤੁਸੀਂ ਚੈੱਕ ਕਰ ਸਕਦੇ ਕਿ ਚੱਠਾ ਸਰਦਾਰ ਸੁਰਜਨ ਸਿੰਘ ਜੀ ਚੱਠਾ ਅਜੇ ਵੀ ਉੱਥੇ ਬੈਠੇ ਆ ਜੇ ਕਿਸੇ ਕੋ ਹੈ ਇੰਨਾ ਕੁ ਟਾਈਮ ਤੇ ਪਲੀਜ਼ ਕਰਤਾਰ ਪੈਲੇਸ ਪਹੁੰਚੋ ਤੇ ਜਾ ਕੇ ਉੱਥੇ ਦੇਖ ਲਓ ਕਿ ਵੱਡੇ ਵੱਡੇ ਕ੍ਰਾਈਮਨਲ ਐਦਾਂ ਹੀ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਪਿੰਦਰ ਕੌਰ ਸੰਧੋ ਕਬੜੀ ਸ਼ਹੀਦ ਹੇਤ ਸੰਦੀਪ ਸਿੰਘ ਸੰਤੂ ਨੰਗਲ ਅੰਬੀਆਂ ਦੀ ਵਾਈਫ ਮੈਂ ਹੁਣ ਤੋਂ 40 45 ਮਿੰਟ ਪਹਿਲਾਂ ਆਪਣੇ ਐਸਐਸਪੀ ਸਾਹਿਬ ਜਲੰਧਰ ਉਹਨਾਂ ਨੂੰ ਵੋਇਸ ਮੈਸੇਜ ਵੀ ਕੀਤਾ ਸੀ ਤੇ ਫੋਨ ਵੀ ਕੀਤਾ ਸੀਗਾ ਕਿ ਸਰਦਾਰ ਸੁਰਜਨ ਸਿੰਘ ਜੀ ਛੱਠਾ ਆਪਣੇ ਨਕੋ ਲੋਕਲ ਟਾਊਨ ਨਕੋਦਰ ਵਿੱਚ ਬੈਠੇ ਆ ਜਿੱਥੇ ਕਿ ਸੰਦੀਪ ਦਾ ਕੇਸ ਵੀ ਉੱਥੇ ਹੀ ਚੱਲ ਰਿਹਾ ਆ ਕਿ ਉੱਥੇ ਕਰਤਾਰ ਪੈਲੇਸ ਵਿੱਚ ਬੈਠੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਆ ਤੇ ਮੈਂ ਉਹਨਾਂ ਨੂੰ ਕਹ ਸੀ ਕਿ ਤੁਸੀਂ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਕਿਉਂਕਿ ਜਦੋਂ ਅਸੀਂ ਮੈਂ ਪਹਿਲਾਂ ਫੋਨ ਕਰਕੇ ਕਦੇ ਵੀ ਪੁੱਛਿਆ ਆਪਣੀ ਫੈਮਿਲੀ ਨੂੰ ਤੇ ਉਹ ਕਹਿੰਦੇ ਕਿ ਪੁਲਿਸ ਉਹਨਾਂ ਨੂੰ ਲੱਭਦੀ ਪਈ ਆ ਇਸ ਲਈ ਅੱਜ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਉਹ ਜਲੰਧਰ ਅੱਜ ਹੁਣ 45 ਮਿੰਟ ਪਹਿਲਾਂ ਉਹ ਨਿਕੋਦਰ ਬੈਠੇ ਕਰਤਾਰ ਪੈਲੇਸ ਵਿੱਚ ਬੈਠੇ ਆ ਕਿਤੇ ਤੁਸੀਂ ਸਿਰਫ 3-4 ਮਿੰਟ ਦੀ ਡਰਾਈਵ ਕਰਕੇ ਪੁਲਿਸ ਉੱਥੇ ਪਹੁੰਚ ਸਕਦੀ ਆ ਕਿ ਤੁਸੀਂ ਉੱਥੇ ਚਲੇ ਜਾਓ ਪਰ ਮੈਨੂੰ ਮੁਰੇ ਜਵਾਬ ਮਿਲਿਆ ਆ ਕਿ ਸਾਨੂੰ ਐਵੀਡੈਂਸ ਚਾਹੀਦੀ ਆ ਐਵੀਡੈਂਸ ਦੇਖਣਾ ਪੁਲਿਸ ਦਾ ਕੰਮ ਨਹੀਂ ਹੁੰਦਾ ਐਵੀਡੈਂਸ ਕੋਰਟ ਨੇ ਦੇਖਣੀ ਆ ਤੇ ਜੇ ਐਵੀਡੈਂਸ ਤੁਸੀਂ ਲੱਭੇ ਆਪਾਂ ਤੇ ਤਾਂ ਹੀ ਤਾਂ ਪੁਲਿਸ ਨੇ ਨਾਮਜ਼ਦ ਕੀਤਾ ਸੀ ਜੇ ਤੁਸੀਂ ਉਹਨਾਂ ਨੂੰ ਨਾਮਜ਼ਦ ਕੀਤਾ ਸੀ ਤੇ ਤੁਸੀਂ ਮਤਲਬ ਸਿਰਫ ਇੱਕ ਵਾਹੂਬਾਈ ਖੱਟਣ ਨੂੰ ਨਾਮਜ਼ਦ ਕਰ ਦਿੱਤਾ ਸੀ ਉਹਨਾਂ ਨੂੰ ਕਿ ਵਾਹੂਬਾਈ ਖੱਟ ਲੋ ਨਾਮਜ਼ਦ ਕਰ ਦੋ ਤੇ ਦੱਸੇਟ ਕੇਸ ਕਲੀਅਰ ਪਰ ਨਹੀਂ ਤੁਸੀਂ ਆਪਣਾ ਕੰਮ ਕਰੋ ਜਾਓ ਉਹਨਾਂ ਦਾ ਮੇਰੇ ਸਾਬ ਨਾਲ 42 ਕੇਸ ਨੰਬਰ 42 ਰੈਪੋਰਟ ਨੰਬਰ 42 ਆ ਜਿਹਦੇ ਵਿੱਚ ਸਰਦਾਰ ਸੁਰਜਨ ਸਿੰਘ ਚੱਠਾ ਜੀ ਦਾ ਨਾਮ ਆਇਆ ਹੋਇਆ ਆ ਇਸ ਲਈ ਤੁਸੀਂ ਆਪਣਾ ਕੰਮ ਕਰ ਲਓ ਕਿ ਜਾ ਕੇ ਉਹਨੂੰ ਅਰੈਸਟ ਕਰ ਲਓ ਬਾਕੀ ਪੁਲਿਸ ਐਵੀਡੈਂਸ ਦੇਖਣਾ ਆ ਨਹੀਂ ਦੇਖਣਾ ਉਹ ਕੋਰਟ ਦਾ ਕੰਮ ਆ ਉਹ ਵੀ ਸੁਰਜਨ ਸਿੰਘ ਚੱਠਾ ਤੇ ਵੀ ਉਹ ਵੀ ਉਹਨਾਂ ਦੇ ਵੀ ਰਾਈਟ ਆ ਕਿ ਉਹ ਆਪਣਾ ਬੇਗੁਨਾਹੀ ਆ ਜਾਂ ਗੁਨਾਹ ਆ ਆਪਣਾ ਸਾਬਤ ਕਰ ਲੈਣ ਜੇ ਉਹ ਪੁਲਿਸ ਦੇ ਐਵੀਡੈਂਸ ਦੇ ਕੇ ਆਪਰਾ ਬੇਗਨਾ ਹੁੰਦੇ ਆ ਤੇ ਸਾਨੂੰ ਕੋਈ ਮਾਇਨ ਨਹੀਂ ਹੈਗਾ ਉਸ ਚੀਜ਼ ਨਾਲ ਉਹ ਆਪਣਾ ਕਰ ਲੈਣਾ ਹੈ ਨਾ ਬਟ ਐਟ ਲੀਸ ਚਾਹ ਲੋ ਚੱਕ ਕੇ ਉਹਨੂੰ ਟ్రਾਇਲ ਤੇ ਤਾਂ ਲਵੋ ਜੇ ਟ్రਾਇਲ ਤੇ ਲਵੋਗੇ ਤਾਂ ਤੁਹਾਨੂੰ ਪਤਾ ਲੱਗੂਗੀ ਉਹ ਗਨਾਹ ਆ ਕਿ ਬੇਗਨਾ ਹੈ ਐਵੀਡੈਂਸ ਐਵੀਡੈਂਸ ਲੱਭਣਾ ਵੀ ਹੁਣ ਜੇ ਸਾਡੀ ਜੌਬ ਆ ਤੇ ਪੁਲਿਸ ਦੀ ਜੌਬ ਵੀ ਅਸੀਂ ਕਰਨੀ ਆ ਤੇ ਫਿਰ ਪੁਲਿਸ ਨੇ ਕੀ ਕਰਨਾ ਮੈਂ ਸਿਰਫ ਰਿਕਵੈਸਟ ਕਰ ਰਹੀ ਕਿ ਇਸ ਟਾਈਮ ਵੀ ਜੇ ਕੋਈ মিডিਆ ਕੋਈ ਵੀ ਚੈਨਲ ਨਿਊਜ਼ ਵਾਲਾ ਵੀ ਕੋਈ ਵੀ ਫ੍ਰੀ ਬੈਠਾ ਆ ਪਲੀਜ਼ ਕਰਤਾਰ ਪੈਲੇਸ ਵਿੱਚ ਜਾ ਕੇ ਹੁਣ ਤੁਸੀਂ ਚੈੱਕ ਕਰ ਸਕਦੇ ਕਿ ਚੱਠਾ ਸਰਦਾਰ ਸੁਰਜਨ ਸਿੰਘ ਜੀ ਚੱਠਾ ਅਜੇ ਵੀ ਉੱਥੇ ਬੈਠੇ ਆ ਜੇ ਕਿਸੇ ਕੋ ਹੈ ਇੰਨਾ ਕੁ ਟਾਈਮ ਤੇ ਪਲੀਜ਼ ਕਰਤਾਰ ਪੈਲੇਸ ਪਹੁੰਚੋ ਤੇ ਜਾ ਕੇ ਉੱਥੇ ਦੇਖ ਲਓ ਕਿ ਵੱਡੇ ਵੱਡੇ ਕ੍ਰਾਈਮਨਲ ਐਦਾਂ ਹੀ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ ਤੇ ਉ ਜਿੱਥੇ ਕਿ ਪੁਲਿਸ ਨੂੰ ਕੋਈ ਮਾਇਨ ਨਹੀਂ ਹੈਗਾ ਕਿ ਪੁਲਿਸ ਨੇ ਕੁਝ ਕਰਨਾ ਆ ਜਾਂ ਨਹੀਂ ਕਰਨਾ